गुराया दे कोल रेडियो स्टेशन के नज़दीक एक सरदार व्यक्ति की अध सड़ी हुई लाश मिलना इलाके दहशत का माहौल दसीए कि गुराया दे कोल रेडियो स्टेशन के नज़दीक एक सरदार व्यक्ति की अध सड़ी हुई लाश मिलना इलाके सनसनी फैल गई है। मौके पर मिली जानकारी अनुसार पिंड चराड़ी का एक नौजवान हाईवे तो लंघ रहा सी तां उसने देखा कि एक व्यक्ति जो कि सरदार सी उसकी लाश नूं अग लगी हुई सी, जिसकी सूचना तुरंत पिंड की महिला सरपंच ने दी, जिन्होंने गुराया पुलिस को सूचित किया, जिस तो बाद SHO गुराया सुरेंद्र कुमार ने मौके पर पुज के जांच शुरू की तो व्यक्ति का मूँह हेठां पासे सी, जिसके शरीर का पिछला हिस्सा बुरी तरह सड़ गया सी, शरीर विचों धुआं निकल रहा सी, जिसनों जदों सीधा किया तो उसका चेहरा साफ नज़र आ रहा सी। उसकी उम्र 40-45 साल जापती है, जिसकी एक छोटी कंघी तो उसका परना डिग्गा होया सी, फुटपाथ से खून भी खिल रहा होया सी। उसने लाश नूं काबू विच लै के फलौर के सिविल होस्पिटल विखे पोस्टमार्टम रखा गया है। पुलिस प्रशासन ने इस व्यक्ति की फोटो भी जारी की है ता जो इसकी पछाण की जा सके। जे कोई व्यक्ति इस व्यक्ति नूं जानदा होए जां पहचानदा होए तां ओह थाना गुराया विखे आ के संपर्क कर सकता है। पंजाबी लई गुराया तों पवन भनोट की खास रिपोर्ट। ਚਰਾੜੀ ਜ਼ਿਲ੍ਹਾ ਜਲੰਧਰ ਦਾ ਨਿਵਾਸੀ ਹਾਂ। ਮੈਂ ਸਵੇਰੇ 9:30 ਵਜੇ ਗੁਰਾਇਆ ਜਾ ਰਿਹਾ ਸੀ ਅਤੇ ਉਸ ਵੇਲੇ ਅਸੀਂ ਦੇਖਿਆ ਕਿ PD ਰੋਡ ਪਿੰਡ ਗਹਾਵਰ ਵਿਖੇ ਇੱਕ ਅਣਪਛਾਤੀ ਲਾਸ਼ ਜੋ ਕਿ ਅੱਧੀ ਜਲੀ ਹੋਈ ਹੈ ਦੇਖ ਕੇ ਅਸੀਂ ਸਰਪੰਚ ਸਾਹਿਬ ਨੂੰ ਫੋਨ ਕੀਤਾ। ਸਰਪੰਚ ਸਾਹਿਬ ਨੇ ਗੁਰਾਇਆ ਥਾਣੇ ਵਿੱਚ ਫੋਨ ਕਰਵਾ ਕੇ ਮੁਲਾਜ਼ਮਾਂ ਨੂੰ ਸੱਦਿਆ ਅਤੇ ਉਹ ਇਸ ਟਾਈਮ ਉੱਥੇ ਪਹੁੰਚੇ ਹੋਏ ਆਪਣੀ ਕਾਰਵਾਈ ਕਰ ਰਹੇ ਆ। ਉਹ ਤਕਰੀਬ 9:30 ਵਜੇ ਦੀ ਗੱਲ ਹੈ ਜੀ ਸਵੇਰ। ਤੁਸੀਂ ਭਾਅ ਜੀ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ? ਅਸੀਂ ਆਪਣੇ ਪਿੰਡ 'ਚ ਚਰਾੜੀ ਤੋਂ ਗੁਰਾਇਆ ਜਾ ਰਹੇ ਸੀਗੇ ਜਿਸ ਟਾਈਮ ਅਸੀਂ ਇਹ ਦੇਖਿਆ। ਜਦੋਂ ਤੁਸੀਂ ਦੇਖਿਆ ਉਸ ਟਾਈਮ ਕਿੱਦਾਂ ਦਾ ਸੀਗਾ? ਉਸ ਟਾਈਮ ਸਿਰਫ ਅੱਗ ਬੁਝੀ ਹੋਈ ਸੀ ਜੀ, ਧੂੰਆਂ ਉੱਡ ਰਿਹਾ ਸੀ ਇਕੱਲਾ, ਅਤੇ ਉਹਨਾਂ ਦੇ ਸਰਦਾਰ ਬੰਦਾ ਕੇਸ ਲੱਗੇ ਹੋਏ ਆ, ਕੰਘੀ ਵੀ ਕੋਲ ਪਈ ਆ, ਪਰਨਾ ਉਹਨਾਂ ਦਾ ਕੋਲ ਪਿਆ ਆ, ਅਤੇ ਸੱਟ ਚੋਟ ਲੱਗੀ ਹੋਈ ਆ, ਸਿਰ ਪਟਾ ਨਿਸ਼ਾਨ ਕਾਫੀ ਪਏ ਹੋਏ ਆ, ਖੂਨ ਦੇ ਲੱਗੇ ਹੋਏ ਆ ਨਿਸ਼ਾਨ। ਹੁਣ ਕੋਈ ਮੰਨ ਲਈ ਆਪਸੀ ਕੋਈ ਰੰਜਿਸ਼ ਕੋਈ ਵਾਰਦਾਤ ਕੋਈ ਕਰਕੇ ਸੁੱਟ ਗਿਆ, ਕਿਉਂਕਿ ਸਾਰੀ ਰਾਤ ਤਾਂ ਇਹ ਸੁਬਾਹ ਦਾ ਕੰਮ ਹੈ, ਸਾਰੀ ਰਾਤ ਬਾਅਦ 'ਚ ਪੈਂਦੀ ਰਹੀ। ਅਤੇ ਪੁਲਿਸ ਵਗੈਰਾ ਨੂੰ ਖਬਰ ਕੀਤੀ ਸੀਗੀ? ਹਾਂਜੀ, ਮੈਂ ਸਰਪੰਚ ਸਾਹਿਬ ਨੂੰ ਫੋਨ ਕਰਵਾਇਆ ਅਤੇ ਕਰਕੇ ਉਹਨਾਂ ਨੇ ਮੁਲਾਜ਼ਮਾਂ ਨੂੰ ਫੋਨ ਕੀਤਾ ਗੁਰਾਇਆ ਥਾਣੇ ਦੇ ਵਿੱਚ, ਅਤੇ ਉਹ ਆ ਕੇ ਇਸ ਟਾਈਮ ਆਪਣੀ ਕਾਰਵਾਈ ਕਰ ਰਹੇ ਆ। ਇੱਥੇ ਜਿਹੜੀ ਆ ਹੋਇਆ ਮਰਡਰ ਹੋਇਆ ਇਹਦੇ ਬਾਰੇ 'ਚ ਤੁਹਾਡਾ ਕੀ ਕਹਿਣਾ? ਮੈਨੂੰ ਤਾਂ ਪਤਾ ਨਹੀਂ ਇਹ ਰਾਤ ਦਾ ਕੋਈ ਹਾਦਸਾ ਹੋਇਆ ਆ। ਮੈਨੂੰ ਚਿਚਰਾੜੀ ਤੋਂ ਕਿਸੇ ਮੁੰਡੇ ਨੂੰ ਫੋਨ ਕੀਤਾ ਕਿ ਸਰਪੰਚ ਸਾਹਿਬ ਇੱਥੇ ਜਲੀ ਹੋਈ ਅੱਧ ਜਲੀ ਇਹ ਬੋੜੀ ਪਈ ਆ ਹਨੇਰਾਂ 'ਤੇ, ਤਾਂ ਮੈਂ ਜਦੋਂ ਆ ਕੇ ਦੇਖਿਆ ਮੈਂ SHO ਸਾਹਿਬ ਨੂੰ ਫੋਨ ਕੀਤਾ ਗੁਰਾਇਆ, ਅਤੇ ਉਹਨਾਂ ਨੇ ਆ ਕੇ ਫਿਰ ਦੇਖਿਆ ਤਾਂ ਉਹ ਬੋੜੀ ਲੈ ਕੇ ਚੱਲ। ਕਿੰਨੀ ਕੁ ਉਮਰ ਲੱਗਦੀ ਸੀਗੀ ਬੰਦੇ ਦੀ? 30-35 ਸਾਲ ਦੀ ਉਮਰ। ਕੀ ਬੰਦਾ ਮੋਨਾ ਸੀਗਾ? ਸਰਦਾਰ ਹੈਗਾ ਆ, ਉਹਦਾ ਪਟਕਾ ਵੀ ਪਿਆ ਸੀਗਾ ਕੋਲ, ਅਤੇ ਪੱਗ ਸੜੀ ਹੋਈ ਆ, ਕਕਾਰ ਪਾਏ ਹੋਏ ਆ ਉਹਦੇ, ਅੰਮ੍ਰਿਤਧਾਰੀ ਬੰਦਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।